ਸਾਰੇ ਸੂਝਵਾਨ ਵਿਦਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਅੱਜ ਦੀ ਇਹ ਵੀਡੀਓ ਆਪਾਂ ਆਪਣੇ ਯੂਟਿਊਬ ਚੈਨਲ ਸੇਵਕ ਸਿਹਾਲ ਦੇ ਸੰਬੰਧ ਵਿੱਚ ਹੀ ਬਣਾ ਰਹੇ ਹਾਂ ਦੋਸਤੋ ਇਸ ਵੀਡੀਓ ਨੂੰ ਬਣਾਉਣ ਦਾ ਆਪਣਾ ਮਕਸਦ ਇਹ ਹੈ ਕਿ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਆਪਣੇ ਸੂਝਵਾਨ ਯਾਰਾਂ ਦੋਸਤਾਂ ਮਿੱਤਰਾਂ ਤੋਂ ਪਿਆਰਿਆਂ ਤੋਂ ਕੁਝ ਚੰਗੇ ਸੁਝਾਅ ਚੰਗੀ ਸਲਾਹ ਚੰਗੀ ਰਾਏ ਅਤੇ ਚੰਗੇ ਕਮੈਂਟ ਲੈਣੇ ਚਾਹੁੰਦਾ ਹੈ ਚੰਗੇ ਕਮੈਂਟ ਪ੍ਰਾਪਤ ਕਰਨੇ ਚਾਹੁੰਦਾ ਹੈ ਉਹ ਇਹ ਕਿ ਜੇ ਤੁਸੀਂ ਆਪਣੇ ਇਸ ਯੂਟਿਊਬ ਚੈਨਲ 'ਤੇ ਜਾਓਗੇ ਆਪਣੇ ਯੂਟਿਊਬ ਚੈਨਲ ਨੂੰ ਚੈੱਕ ਕਰੋਗੇ ਤਾਂ ਤੁਸੀਂ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਕਰੋਗੇ ਕਿ ਚੈਨਲ 'ਤੇ ਇੱਕ ਤਰ੍ਹਾਂ ਦੀ ਜਿਵੇਂ ਕਹਿ ਲਓ ਕਿ ਖਿਚੜੀ ਜਿਹੀ ਪੱਕੀ ਹੋਈ ਹੈ ਖਿਚੜੀ ਅਜੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਕਿ ਖਿਚੜੀ ਕਿਉਂ ਕਹਿ ਰਹੇ ਹਾਂਗੇ ਪਹਿਲਾਂ ਤਾਂ ਇਹ ਕਿ ਮੈਂ ਇੱਕ ਵਿਦਿਆਰਥੀ ਹਾਂ ਸਿਖਿਆਰਥੀ ਹਾਂ ਅਤੇ ਮੈਂ ਸਿੱਖ ਰਿਹਾ ਅਤੇ ਪਿਛਲੇ ਲਗਭਗ 1 ਸਾਲ ਤੋਂ ਆਪਾਂ ਆਪਣਾ ਇਹ ਯੂਟਿਊਬ ਚੈਨਲ ਚਲਾ ਰਹੇ ਹਾਂ ਅਤੇ 1 ਸਾਲ ਦੇ ਸਮੇਂ ਦੇ ਵਿੱਚ ਮੈਂ ਕਾਫੀ ਕੁਝ ਸਿੱਖਿਆ ਵੀ ਹੈ ਅਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਆਪਾਂ ਨੇ ਬਹੁਤ ਗਲਤੀਆਂ ਵੀ ਕੀਤੀਆਂ ਨੇ ਆਪਣੇ 'ਚ ਬਹੁਤ ਕਮੀਆਂ ਕਮਜ਼ੋਰੀਆਂ ਅਤੇ ਘਾਟਾਂ ਵੀ ਨੇ ਪਰ ਦੋਸਤੋ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਨਵਾਂ ਕੰਮ ਕਰਨਾ ਹੈ ਭਾਵੇਂ ਕੋਈ ਵੀ ਕੰਮ ਹੋਵੇ ਹਾਲਾਂਕਿ ਪੁਰਾਣਾ ਜਾਂ ਨਵਾਂ ਹੋਵੇ ਕੁਝ ਵੀ ਕਰਨਾ ਹੈ ਤਾਂ ਗਲਤੀਆਂ ਦਾ ਹੋਣਾ ਸੁਭਾਵਿਕ ਹੈ ਗਲਤੀਆਂ ਹੋ ਜਾਂਦੀਆਂ ਨੇ ਅਤੇ ਪਰ ਗੱਲ ਇਹ ਹੈ ਤਰੱਕੀ ਇਸ ਗੱਲ ਦੇ ਵਿੱਚ ਹੈ ਕਿ ਬੰਦਾ ਜਿਹੜੀਆਂ ਗਲਤੀਆਂ ਕਰਦਾ ਹੈ ਉਹਨਾਂ ਨੂੰ ਸੁਧਾਰ ਲਏ ਉਹਨਾਂ ਤੋਂ ਸਿੱਖ ਲਏ ਅਤੇ ਅੱਗੇ ਤੋਂ ਉਹ ਗਲਤੀਆਂ ਰਿਪੀਟ ਨਾ ਕਰੇ ਮਤਲਬ ਇੰਪਰੂਵਮੈਂਟ ਕਰਦਾ ਰਹੇ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਅੱਗੇ ਤੋਂ ਨਾ ਹੋਣ ਅਤੇ ਅੱਗੇ ਤੋਂ ਹੋਰ ਇੰਪਰੂਵਮੈਂਟ ਹੁੰਦੀ ਰਹੇ ਸੁਧਾਰ ਹੁੰਦਾ ਰਹੇ ਅਤੇ ਆਪਾਂ ਹੋਰ ਬਿਹਤਰ ਤਰੀਕੇ ਨਾਲ ਆਪਣੇ ਇਸ ਚੈਨਲ 'ਤੇ ਕੰਮ ਕਰ ਸਕੀਏ ਅਤੇ ਜਿੱਦਾਂ ਕਿ ਆਪਾਂ ਦੋਸਤੋ ਗੱਲ ਕੀਤੀ ਹੈ ਖਿਚੜੀ ਦੀ ਜਦੋਂ ਆਪਣੇ ਤੁਸੀਂ ਇਸ ਯੂਟਿਊਬ ਚੈਨਲ ਨੂੰ ਚੈੱਕ ਕਰੋਗੇ ਤਾਂ ਜਿੱਦਾਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਕੁਝ ਵੀਡੀਓਜ਼ ਪਾਈਆਂ ਵਿੱਚ ਮੋਟੀਵੇਸ਼ਨਲ ਵੀਡੀਓਜ਼ ਜਾਂ ਆਪਣੀ ਲਾਈਫ ਦੇ ਨਾਲ ਸੰਬੰਧਿਤ ਕੁਝ ਜਿਹੜੇ ਵਿਸ਼ੇ ਨੇ ਕੁਝ ਨੈਤਿਕ ਕਦਰਾਂ ਕੀਮਤਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਬੰਦੇ ਦੇ ਸੁਭਾਅ ਬਾਰੇ ਆਦਤਾਂ ਬਾਰੇ ਗੁਣ ਔਗਣ ਜੋ ਵੀ ਹੈ ਅਤੇ ਮਤਲਬ ਜ਼ਿੰਦਗੀ ਦੇ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਕੀਤੀਆਂ ਅਤੇ ਨਾਲ ਹੀ ਆਪਾਂ ਕੁਝ ਲੋਅ ਦੀਆਂ ਜਿਹੜੀਆਂ ਵੀਡੀਓ ਸੀ ਲੀਗਲ ਵੀਡੀਓਜ਼ ਕਾਨੂੰਨ ਦੇ ਨਾਲ ਸੰਬੰਧਿਤ ਵੀਡੀਓਜ਼ ਉਹ ਵੀ ਆਪਾਂ ਆਪਣੇ ਇਸ ਯੂਟਿਊਬ ਚੈਨਲ 'ਤੇ ਅਪਲੋਡ ਕੀਤੀਆਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਅੰਗਰੇਜ਼ੀ ਸਿੱਖਣ ਦੇ ਨਾਲ ਸੰਬੰਧਿਤ ਕੁਝ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲਰਨ ਇੰਗਲਿਸ਼ ਵਿਦ ਸੇਵਕ ਸਿਹਾਲ ਕਰਕੇ ਆਪਾਂ ਨਾਮ ਵੀ ਚੇਂਜ ਕਰ ਦਿੱਤਾ ਸੀਗਾ ਚੈਨਲ ਦਾ ਅਤੇ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਜਿਹੜੀਆਂ ਲੋਅ ਦੇ ਨਾਲ ਸੰਬੰਧਿਤ ਵੀਡੀਓ ਸੀ ਕਾਨੂੰਨ ਦੇ ਨਾਲ ਸੰਬੰਧਿਤ ਉਹ ਬਣਾਈਆਂ ਅਪਲੋਡ ਕੀਤੀਆਂ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਆਪਾਂ ਜਿੱਦਾਂ ਮੋਟੀਵੇਸ਼ਨਲ ਵੀਡੀਓਜ਼ ਜਾਂ ਆਪਣੀ ਲਾਈਫ ਦੇ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਆਪਣੇ ਜਿਹੜਾ ਆਪਣਾ ਸੁਭਾਅ ਹੈ ਆਦਤਾਂ ਨੇ ਗੁਣ ਔਗਣ ਕਿੱਦਾਂ ਰਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਇੱਦਾਂ ਦੀਆਂ ਕੁਝ ਹੋਰ ਗੱਲਾਂ ਬਾਤਾਂ ਆਪਾਂ ਦੁਬਾਰਾ ਫਿਰ ਇਹ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਕਹਿਣ ਤੋਂ ਭਾਵ ਕਿ ਜੇ ਆਪਾਂ ਆਪਣੇ ਇਸ ਚੈਨਲ ਨੂੰ ਚੈੱਕ ਕਰਾਂਗੇ ਤਾਂ ਇੱਕ ਜਿੱਦਾਂ ਕਹਿ ਲਈਏ ਕਿ ਖਿਚੜੀ ਜਿਹੀ ਪੱਕੀ ਹੋਈ ਹੈ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿੱਦਾਂ ਕਿ ਦੋਸਤੋ ਖਿਚੜੀ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰੀ ਆਪਾਂ ਨੂੰ ਮਜਬੂਰੀ 'ਚ ਖਾਣੀ ਪੈਂਦੀ ਹੈ ਜ਼ਿਆਦਾਤਰ ਜਦੋਂ ਕਈ ਵਾਰੀ ਕੋਈ ਡਾਕਟਰ ਸਲਾਹ ਦੇ ਦਿੰਦਾ ਹੈ ਜਾਂ ਆਪਣੀ ਸਿਹਤ ਠੀਕ ਨਹੀਂ ਹੁੰਦੀ ਅਤੇ ਇੱਕ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਖੀਰ ਬਣੀ ਹੋਈ ਹੈ ਵਧੀਆ ਜਾਂ ਕਹਿ ਲਈਏ ਆਪਾਂ ਇੱਕ ਹਲਵਾ ਬਣਿਆ ਹੋਇਆ
ਅਤੇ ਖੀਰ ਜਾਂ ਖਿਚੜੀ ਦੇ ਵਿੱਚ ਫਰਕ ਤੁਹਾਨੂੰ ਪਤਾ ਹੀ ਹੈ ਕਿ ਖਿਚੜੀ ਦੇ ਵਿੱਚ ਜਿਵੇਂ ਦਾਲ ਹੋ ਗਈ, ਮੂੰਗੀ ਮਸਰੀ ਦੀ ਜਾਂ ਹੋਰ ਕੁਝ ਕਈ ਚੀਜ਼ਾਂ ਨੂੰ ਮਿਲਾ ਕੇ ਰਾਈਸ ਚੌਲ ਵਗੈਰਾ ਹੋ ਗਏ, ਉਹਨਾਂ ਨੂੰ ਬਣਾਈ ਜਾਂਦੀ ਹੈ ਨਮਕੀਨ ਜਿਹੀ। ਅਤੇ ਹਾਲਾਂਕਿ ਜ਼ਿਆਦਾ ਦੋਸਤਾਂ ਮਿੱਤਰਾਂ ਦਾ ਮਨ ਨਹੀਂ ਹੁੰਦਾ, ਪਰ ਮਜਬੂਰੀ 'ਚ ਕਈ ਵਾਰੀ ਖਾਣੀ ਪੈਂਦੀ ਹੈ। ਪਰ ਕਈ ਵਾਰੀ ਜਿਵੇਂ ਖੀਰ ਹੈ ਵਧੀਆ ਬਣੀ ਹੁੰਦੀ ਹੈ ਜਾਂ ਹਲਵਾ ਵਧੀਆ ਬਣਿਆ ਹੁੰਦਾ ਹੈ, ਤਾਂ ਉਹਨੂੰ ਆਪਾਂ ਕਈ ਵਾਰੀ ਸ਼ੌਂਕ ਨਾਲ ਖਾ ਲੈਂਦੇ ਹਾਂ, ਰੀਝ ਨਾਲ ਖਾ ਲੈਂਦੇ ਹਾਂ, ਉਹ ਸਾਨੂੰ ਚੰਗਾ ਲੱਗਦਾ, ਵਧੀਆ ਲੱਗਦਾ ਹੈ, ਕਈ ਵਾਰੀ ਸਪੈਸ਼ਲ ਵੀ ਬਣਵਾ ਲੈਂਦੇ ਹਾਂ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਭਾਵ ਕਿ ਜੇ ਆਪਾਂ ਆਪਣੇ ਇਸ ਚੈਨਲ 'ਤੇ ਇੱਕੋ ਸਬਜੈਕਟ ਦੇ ਮਤਲਬ ਇੱਕੋ ਲਾਈਨ ਦੇ ਵਿੱਚ ਚੱਲ ਕੇ ਵੀਡੀਓਜ਼ ਬਣਾਈਏ, ਪਾਈਏ, ਅਪਲੋਡ ਕਰੀਏ, ਜਿੱਦਾਂ ਆਪਾਂ ਆਪਣੇ ਇਸ ਚੈਨਲ 'ਤੇ ਦੋ ਤਿੰਨ ਤਰ੍ਹਾਂ ਦੀਆਂ ਵੀਡੀਓਜ਼ ਪਾਈਆਂ ਨੇ ਜਿਵੇਂ ਲਾਅ ਦੇ ਨਾਲ ਸੰਬੰਧਿਤ, ਜੇ ਆਪਾਂ ਆਪਣੇ ਇਸ ਚੈਨਲ 'ਤੇ ਕਾਨੂੰਨ ਦੇ ਨਾਲ ਸੰਬੰਧਿਤ, ਲਾਅ ਦੇ ਨਾਲ ਸੰਬੰਧਿਤ ਵੀਡੀਓਜ਼ ਹੀ ਰੱਖਦੇ, ਤਾਂ ਵੀ ਇਹ ਇੱਕੋ ਲਾਈਨ ਦੇ ਵਿੱਚ ਹੋਣਾ ਸੀਗਾ, ਇੱਕ ਨਿਸ਼ 'ਤੇ ਕੰਮ ਹੋਣਾ ਸੀਗਾ ਆਪਣਾ ਇੱਕੋ ਸਬਜੈਕਟ 'ਤੇ, ਅਤੇ ਆਪਾਂ ਨੇ ਮਿਕਸ ਕਰਤਾ ਵਿੱਚ ਮੋਟੀਵੇਸ਼ਨਲ, ਕੁਝ ਹੋਰ ਗੱਲਾਂ ਬਾਤਾਂ, ਕੁਝ ਕਾਨੂੰਨ ਨਾਲ ਸੰਬੰਧਿਤ ਵੀਡੀਓਜ਼, ਅਤੇ ਕੁਝ ਮਿਊਜ਼ਿਕ ਵਗੈਰਾ ਵੀ ਥੋੜ੍ਹਾ ਬਹੁਤਾ ਆਪਾਂ ਨੇ ਐਡ ਕਰਤਾ ਵਿੱਚ। ਅਤੇ ਇਸੇ ਤਰ੍ਹਾਂ ਹੁਣ ਮੈਂ ਚਾਹੁੰਦਾ ਕਿ ਆਪਾਂ ਇਸ ਆਪਣੇ ਚੈਨਲ 'ਤੇ ਲਾਈਫ ਦੇ ਨਾਲ ਸੰਬੰਧਿਤ ਜਿਹੜੀਆਂ ਕੁਝ ਗੱਲਾਂ ਬਾਤਾਂ ਨੇ, ਅਤੇ ਦੂਜਾ ਮੋਟੀਵੇਸ਼ਨਲ ਜਿਹੜੀਆਂ ਵੀਡੀਓਜ਼ ਨੇ, ਅਤੇ ਆਪਾਂ ਨੂੰ ਆਪਣੇ ਆਪ 'ਤੇ, ਆਪਣੇ ਸੁਭਾਅ 'ਤੇ, ਆਪਣੀਆਂ ਆਦਤਾਂ 'ਤੇ ਕੰਮ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਦੀਆਂ ਵੀਡੀਓਜ਼, ਜਾਂ ਆਪਾਂ ਵਧੀਆ ਲਾਈਫ ਕਿਵੇਂ ਬਣਾ ਸਕਦੇ ਹਾਂ, ਅਤੇ ਆਪਾਂ ਆਪਣੀ ਜਿਹੜੀ ਲਾਈਫ ਹੈ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਕਿਵੇਂ ਜੀ ਸਕਦੇ ਹਾਂ, ਆਪਣੇ ਸੁਭਾਅ ਨੂੰ, ਆਪਣੀਆਂ ਆਦਤਾਂ ਨੂੰ, ਜਾਂ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਹਾਂ, ਜਾਂ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ, ਬੱਚੇ ਨੇ, ਉਹਨਾਂ ਨੂੰ ਮਤਲਬ ਆਪਾਂ ਮੋਟੀਵੇਟ ਕਿਵੇਂ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ, ਜਿਹੜੀਆਂ ਕਿ ਮੈਂ ਚਾਹੁੰਦਾ ਕਿ ਆਪਾਂ ਹੁਣ ਆਪਣੇ ਇਸ ਚੈਨਲ 'ਤੇ ਵੀਡੀਓਜ਼ ਅਪਲੋਡ ਕਰੀਏ, ਬਣਾਈਏ। ਬਾਕੀ ਮੈਂ ਕੁਝ ਤੁਹਾਡੇ ਤੋਂ ਵੀ ਤੁਹਾਡੀ ਸਲਾਹ, ਸੁਝਾਅ ਰਾਏ ਲੈਣੀ ਚਾਹੁੰਦਾ, ਓਪੀਨੀਅਨ ਕਿ ਤੁਹਾਡੀ ਕੀ ਸਲਾਹ ਹੈ, ਤੁਸੀਂ ਆਪਣੇ ਕਮੈਂਟ ਕਰਕੇ ਵੀ ਜ਼ਰੂਰ ਦੱਸ ਸਕਦੇ ਹੋ ਕਿ ਆਪਾਂ ਨੂੰ ਆਪਣੇ ਇਸ ਯੂਟਿਊਬ ਚੈਨਲ 'ਤੇ ਕਿਸ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਆਪਾਂ ਫਿਰ ਜਿਹੜੇ ਤੁਹਾਡੇ ਕਮੈਂਟ ਹੋਣਗੇ ਉਹਨਾਂ ਦੇ ਮੁਤਾਬਕ ਵੀ ਆਪਾਂ ਡਿਸਾਈਡ ਕਰਾਂਗੇ, ਕਿਉਂਕਿ ਜਿਹੜਾ ਆਪਾਂ ਇੱਕ ਲਾਅ ਦੇ ਨਾਲ ਸੰਬੰਧਿਤ ਚੈਨਲ ਚਲਾਉਣਾ ਹੈਗਾ, ਲੀਗਲ ਵੀਡੀਓਜ਼, ਕਾਨੂੰਨ ਨਾਲ ਸੰਬੰਧਿਤ ਵੀਡੀਓਜ਼ ਬਣਾਉਣੀਆਂ ਨੇ, ਅਪਲੋਡ ਕਰਨੀਆਂ ਨੇ, ਉਹਨਾਂ ਲਈ ਆਪਾਂ ਆਉਣ ਵਾਲੇ ਸਮੇਂ 'ਚ ਇੱਕ ਵੱਖਰਾ ਚੈਨਲ ਬਣਾਉਣ ਦੀ ਸੋਚ ਰਹੇ ਹਾਂ। ਆਪਣੀ ਇਹ ਕੋਸ਼ਿਸ਼ ਹੋਏਗੀ ਆਪਾਂ ਕਿ ਇੱਕ ਵੱਖਰਾ ਚੈਨਲ ਬਣਾਈਏ ਜਿਹਤੇ ਆਪਾਂ ਕਾਨੂੰਨ ਨਾਲ ਸੰਬੰਧਿਤ ਵੀਡੀਓਜ਼ ਬਣਾ ਕੇ ਅਪਲੋਡ ਕਰ ਸਕੀਏ, ਤਾਂ ਕਿ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇਹਨਾਂ ਦਾ ਫਾਇਦਾ ਹੋ ਸਕੇ। ਪਰ ਆਪਾਂ ਜਿਹੜਾ ਇਹ ਚੈਨਲ ਸੇਵਕ ਸਿਆਲ ਹੈ, ਇਸ 'ਤੇ ਇਹ ਚਾਹੁੰਦੇ ਹਾਂ ਕਿ ਆਪਾਂ ਮੋਟੀਵੇਸ਼ਨਲ ਅਤੇ ਬਾਕੀ ਲਾਈਫ ਦੇ ਨਾਲ ਸੰਬੰਧਿਤ ਹੋਰ ਕੁਝ ਜਿਹੜੀਆਂ ਗੱਲਾਂ ਬਾਤਾਂ ਨੇ ਉਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਪਾਈਏ। ਬਾਕੀ ਕਮੈਂਟ ਜ਼ਰੂਰ ਦਿਓ, ਤੁਸੀਂ ਆਪਣੀ ਸਲਾਹ, ਆਪਣੇ ਸੁਝਾਅ ਜ਼ਰੂਰ ਦਿਓ। ਇਸ ਯੂਟਿਊਬ ਚੈਨਲ 'ਤੇ ਆਪਣਾ ਵਟਸਐਪ ਨੰਬਰ ਵੀ ਹੈਗਾ, ਅਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਆਪਣੀ ਰਾਏ ਦੇ ਸਕਦੇ ਹੋਗੇ। ਅਤੇ ਬਾਕੀ ਜਿਹੜੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਆਪਾਂ ਨੇ ਗਲਤੀਆਂ ਕੀਤੀਆਂ ਨੇ, ਆਪਣੇ ਵੀਡੀਓ ਬਣਾਉਣ ਦੇ ਵਿੱਚ ਕੁਝ ਕਮੀਆਂ ਕਮਜ਼ੋਰੀਆਂ ਘਾਟਾਂ ਰਹੀਆਂ ਨੇ, ਆਪਾਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਉਹ ਦੂਰ ਕੀਤੀਆਂ ਜਾਣ, ਅਤੇ ਅੱਗੇ ਤੋਂ ਆਪਾਂ ਜਿਹੜੀਆਂ ਹੋਰ ਵੀਡੀਓਜ਼ ਬਣਾਵਾਂਗੇ ਆਪਣੇ ਇਸ ਯੂਟਿਊਬ ਚੈਨਲ 'ਤੇ ਕੰਮ ਕਰਾਂਗੇ, ਤਾਂ ਆਪਾਂ ਵਧੀਆ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੀਏ, ਅਤੇ ਲਗਾਤਾਰਤਾ ਰੱਖੀਏ, ਕਿਉਂਕਿ ਕੁਝ ਕੁ ਟਾਈਮ ਆਪਾਂ ਥੋੜ੍ਹਾ ਇਸ ਚੈਨਲ 'ਤੇ ਗੈਪ ਵੀ ਰਹਾਂਗੇ, ਤਾਂ ਫਿਰ ਉਹ ਗੱਲ ਨਹੀਂ ਬਣਦੀ, ਉਹ ਮਤਲਬ ਕੰਮ ਕਰਨ ਦਾ ਜਿਹੜਾ ਨਜ਼ਾਰਾ ਆਉਂਦਾ ਨਹੀਂ ਹੈਗਾ। ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਹੁਣ ਆਪਾਂ ਕੰਟੀਨਿਊਟੀ ਰੱਖੀਏ, ਅਤੇ ਲਗਾਤਾਰ ਵੀਡੀਓਜ਼ ਬਣਾਈਏ, ਪਾਈਏ। ਅਤੇ ਮੈਂ ਉਮੀਦ ਕਰਦਾ ਕਿ ਇਹਨਾਂ ਵੀਡੀਓਜ਼ ਦਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਫਾਇਦਾ ਹੋਏਗਾ, ਅਤੇ ਜੇ ਕੋਈ ਆਪਾਂ ਤੋਂ ਗਲਤੀ ਹੁੰਦੀ ਹੈ, ਕੋਈ ਵੀਡੀਓਜ਼ ਦੇ ਵਿੱਚ ਕਮੀ ਕਮਜ਼ੋਰੀ ਹੁੰਦੀ ਹੈ, ਕੋਈ ਘਾਟ ਹੁੰਦੀ ਹੈ, ਤਾਂ ਤੁਸੀਂ
ਆਪਣੇ ਕਮੈਂਟ ਕਰਕੇ ਉਹ ਵੀ ਜ਼ਰੂਰ ਦੱਸ ਦਿਆ ਕਰੋ, ਤਾਂ ਕਿ ਆਪਾਂ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੀਏ। ਕਿਉਂਕਿ ਜੇ ਤੁਸੀਂ ਮੈਨੂੰ ਮੇਰੀਆਂ ਗਲਤੀਆਂ ਦੱਸੋਗੇ ਤਾਂ ਆਪਾਂ ਫਿਰ ਹੋਰ ਸੁਧਾਰ ਕਰਾਂਗੇ, ਕਿਉਂਕਿ ਕਈ ਵਾਰੀ ਬੰਦੇ ਨੂੰ ਆਪਣੀਆਂ ਗਲਤੀਆਂ ਆਪ ਖੁਦ ਨਹੀਂ ਦਿਖਦੀਆਂ, ਹਾਲਾਂਕਿ ਦੂਜੇ ਜਿਹੜੇ ਯਾਰ ਦੋਸਤ ਮਿੱਤਰ ਹੁੰਦੇ ਨੇ ਦੇਖਦੇ ਨੇ, ਉਹਨਾਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ। ਅਤੇ ਬਾਕੀ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋਗੇ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਿਹਰਬਾਨੀ।